ਕੀ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ? ਕੀ ਤੁਸੀਂ ਸਟੂਡੈਂਟ ਤੌਰ ਤੇ ਪੜ੍ਹਨ ਲਈ ਜਾਣਾ ਚਾਹੁੰਦੇ ਹੋ ਜਾਂ ਫਿਰ ਪੱਕੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਜਾਂ ਫਿਰ ਆਪਣਾ ਕਾਰੋਬਾਰ ਉੱਥੇ ਸੈਟਲ ਕਰਨਾ ਚਾਹੁੰਦੇ? ਕੀ ਤੁਸੀਂ ਕਦੇ ਪਹਿਲੇ ਵੀ ਆਸਟ੍ਰੇਲੀਆ ਜਾ ਚੁੱਕੇ ਹੋ? ਕਿਸੇ ਵੀ ਕਾਰਨ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਗਈ, ਤੁਹਾਡਾ ਕੇਸ MRT ਤੱਕ ਪਹੁੰਚ ਕੇ ਰਿਜੈਕਟ ਹੋ ਗਿਆ, ਤੁਸੀਂ ਪੜ੍ਹਾਈ ਲਈ ਗਏ ਸੀ, ਕਾਲਜ ਬੰਦ ਹੋ ਗਿਆ, ਕਿਸੇ ਵੀ ਕਾਰਨ ਤੁਹਾਨੂੰ ਵਾਪਸ ਆਉਣਾ ਪਿਆ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੌਫਿਟ ਆਸਟ੍ਰੇਲੀਆ ਤੋਂ, ਜੋ ਕਿ ਸੀਨੀਅਰ ਮਾਰਾ ਏਜੰਟ, ਆਪ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਕਰਨ ਲਈ ਆ ਰਹੇ ਹੋ। ਸੋ ਆਪਣੇ ਕਾਗਜ਼ਾਤ ਚੱਕ ਕੇ ਅੱਜ ਹੀ ਅਪੁਆਇੰਟਮੈਂਟ ਲਈ ਕਾਲ ਕਰੋ 0181-4076-7000 9888-477-877 99883-50-101। ਦੇਸ਼ ਪ੍ਰਦੇਸ਼ ਲਾਈਵ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਲੜੀਵਾਰ ਸ਼ੋਅ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਗੱਲਬਾਤ ਸੈਮੀਨਾਰ ਦੀ ਹੋ ਰਹੀ ਹੈ, ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਹੋ ਰਹੀ ਹੈ, ਪੋਲਿਸੀਜ਼ ਦੀ ਹੋ ਰਹੀ ਹੈ, 2006-7-8 ਦੇ ਵਿੱਚ ਕੀਤੀਆਂ ਗਲਤੀਆਂ ਦੇ ਨਤੀਜਿਆਂ ਦੀ ਹੋਈ ਹੈ। ਜਿਹੜੇ ਹੁਣ ਵਿਦਿਆਰਥੀ 12, 13 ਅਤੇ 14 ਦਾ ਅਪ੍ਰੈਲ ਮਹੀਨਾ ਚੱਲ ਰਿਹਾ, ਜਿਸ ਵਿੱਚ ਹੁਣ ਵਿਦਿਆਰਥੀ ਜਾ ਰਹੇ ਨੇ, ਉਹਨਾਂ ਦੀ ਹੋਈ ਹੈ। ਇਹ ਸੀਗੇ ਸਾਡੇ ਸ਼ੋਅਸ ਦੀ ਰੀਕੈਪ, ਅਤੇ ਅਗਲਾ ਜਿਹੜਾ ਸ਼ੋਅ ਹੈਗਾ ਉਹ ਡੈਡੀਕੇਟਡ ਕਰਨ ਜਾ ਰਹੇ ਹਾਂ। ਸ਼ੋਅ ਜਿਹੜਾ ਹੈਗਾ ਅੱਜ ਵਿਸ਼ੇਸ਼ ਤੌਰ 'ਤੇ ਸੈਮੀਨਾਰ ਹੋਇਆ, ਜਿਸ ਵਿੱਚ ਕਾਫੀ ਸਾਰੇ ਵਿਦਿਆਰਥੀ ਪਹੁੰਚੇ। 3-4 ਸਵਾਲ ਨੇ ਜਿਹੜੇ ਵਿਦਿਆਰਥੀਆਂ ਦੇ, ਉਹ ਸਾਂਝੇ ਕਰਾਂਗੇ ਤੁਹਾਡੇ ਨਾਲ। ਬਹੁਤ ਸਾਰੇ ਪੰਜਾਬ ਦੇ ਘਰਾਂ ਦੇ ਵਿੱਚ ਮੁੰਡੇ ਅਤੇ ਕੁੜੀਆਂ ਐਸੇ ਸਾਡੇ ਦਰਸ਼ਕ ਬੈਠੇ ਨੇ ਜਿਨ੍ਹਾਂ ਦੇ ਨਾਲ ਉਹ ਸਵਾਲ ਕਿਤੇ ਨਾ ਕਿਤੇ ਰਿਲੇਟ ਕਰਦੇ ਨੇ, ਉਹਨਾਂ ਦਾ ਕੀ ਜਵਾਬ ਮਿਲਿਆ ਮੌਫਿਟ ਵੱਲੋਂ ਇਸ ਸੈਮੀਨਾਰ ਦੇ ਵਿੱਚ, ਉਹਦੀ ਗੱਲ ਹੋਏਗੀ। ਅਗਲਾ ਮੁੱਖ ਮੁੱਦਾ, ਨਿਊਜ਼ੀਲੈਂਡ ਨੇ ਵੀ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਤਬਦੀਲੀ ਕੀਤੀ ਹੈ। ਕੀ ਹੁਣ ਸਾਡੇ ਵਿਦਿਆਰਥੀ ਵਰਗ ਨੂੰ ਜਾਣਾ ਸੌਖਾ ਹੋਊਗਾ ਜਾਂ ਔਖਾ ਹੋਊਗਾ? PR ਵੱਲ, PSW ਵੱਲ, ਪੰਜਾਬ ਦੇ ਵਿੱਚ ਏਜੰਟਸ ਦੀ, ਕਾਲਜ ਦੀ, ਕੋਰਸ ਦੀ ਚੋਣ ਨੂੰ ਲੈ ਕੇ ਕਾਫੀ ਸਾਰੀਆਂ ਤਬਦੀਲੀਆਂ, ਬਦਲਾਅ, ਰੂਲ ਐਂਡ ਰੈਗੂਲੇਸ਼ਨਸ ਦੇਖਣ ਨੂੰ ਮਿਲਣੇ, ਉਹਦਾ ਬਾਰੇ ਵੀ ਚਰਚਾ ਕਰਾਂਗੇ। ਮੇਰੇ ਨਾਲ ਨੇ ESS ਗਲੋਬਲ ਤੋਂ ਗੁਰਿੰਦਰ ਭੱਟੀ ਜੀ, ਸਵਾਗਤ ਹੈ ਜੀ। ਥੈਂਕ ਯੂ ਵੈਰੀ ਮੱਚ ਰਣਵੀਰ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਾਡੀ ਸਾਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਦਾ ਰਿਹਾ ਅੱਜ ਦਾ ਸੈਮੀਨਾਰ? ਸੈਮੀਨਾਰ ਠੀਕ ਰਿਹਾ ਜੀ, ਬਹੁਤ ਵਧੀਆ ਹੈ। ਟ੍ਰੇਨਿੰਗ ਸੈਸ਼ਨ ਰਿਹਾ, ਉਹਦੇ ਬਾਅਦ 'ਚੋਂ ਕਾਫੀ ਸਟੂਡੈਂਟਸ ਦਾ ਜਿਹੜਾ ਰਸ਼ ਹੈ ਦੇਖਣ ਨੂੰ ਮਿਲਿਆ, ਐਂਡ ਸਟੂਡੈਂਟਸ ਦਾ ਜਿਹੜਾ ਇਹ ਮੇਨ ਸੀਗਾ, ਬਾਹਰ ਜਾਣਾ ਚਾਹੁੰਦੇ ਆ, ਪੜ੍ਹਨਾ ਚਾਹੁੰਦੇ ਆ, ਪੜ੍ਹਾਈ ਤੌਰ 'ਤੇ ਜਾਣਾ ਚਾਹੁੰਦੇ ਆ, ਸੈਟਲ ਹੋਣਾ, PR ਦੱਸੋ ਮਿਲੇਗੀ ਕਿ ਨਹੀਂ ਮਿਲੇਗੀ, ਜਾਂ ਕਿਹੜੇ ਕੋਰਸ 'ਤੇ PR ਮਿਲੇਗੀ। ਸੋ ਇਹ ਚੀਜ਼ਾਂ ਜਦੋਂ ਉਹ ਕੁਸ਼ਚਨ ਨਿਕਲ ਕੇ ਆਉਂਦਾ ਨਾ, ਕਿਹੜੇ ਕੋਰਸ 'ਤੇ PR ਮਿਲੇਗੀ, ਤਾਂ ਉਹ ਇੱਕ ਬੜਾ ਵੱਡਾ ਇੱਕ ਚਿੰਨ੍ਹ ਜਿਹਾ ਲੱਗ ਜਾਂਦਾ ਹੈ ਕਿ ਯਾਰ ਕੋਰਸ ਦੇ ਉੱਤੇ PR ਮਿਲੇਗੀ। ਮਤਲਬ ਇਹ ਵਾਲਾ ਨਿਆਣੇ ਦੀ ਸੋਚ ਅੱਜ ਵੀ ਉਹ 2008 ਵਾਲੀ ਹੈ, 2006 ਵਾਲੀ ਹੈ ਕਿ ਜੀ ਆਹ ਕੋਰਸ ਕਰਾਂਗਾ ਤਾਂ PR ਮਿਲ ਜਾਏਗੀ। ਸੋ ਇਸ ਚੀਜ਼ ਦੀ ਅਵੇਅਰਨੈਸ ਬੇਸਿਕਲੀ ਸਟੂਡੈਂਟ ਜਿਹੜਾ, ਕੋਈ ਲਿਸਟ ਤਾਂ ਹੋਊਗੀ ਨਾ ਜਿਹੜਾ ਵਿਦਿਆਰਥੀਆਂ ਦਾ ਸਵਾਲ ਹੈ, ਮੈਂ ਦੱਸਣ ਲੱਗਾ ਉਹ ਧਿਆਨ ਲੱਗਾ ਕਿ ਵੀ ਜਿਹਦੀ ਸਟੂਡੈਂਟ ਵਰਗ ਦੀ ਜਿਹੜੀ ਹੈਗੀ ਹੈ ਕਿ PR ਕਿੱਦਾਂ ਮਿਲੇਗੀ। ਸੋ ਉਹ ਸਾਰਿਆਂ ਨੂੰ ਕਿ ਜਿਹਦੀ PR ਇਜ਼ ਇਕੁਅਲ ਟੂ ਆਸਟ੍ਰੇਲੀਆ, PR ਇਜ਼ ਇਕੁਅਲ ਟੂ 60 points, 60 point ਬੰਦਾ ਪੂਰਾ ਕਰਦਾ ਹੈ ਉਹਨੂੰ PR ਮਿਲ ਜਾਂਦੀ ਹੈ। ਦੂਸਰਾ ਸਵਾਲ ਜਿਹੜਾ ਅੱਜ ਸਭ ਤੋਂ, ਮੈਂ ਉਹ ਫਿਊ ਪੁਆਇੰਟਸ ਦੀ ਗੱਲ ਕਰ ਰਿਹਾ ਕਿ ਵੀ ਜਿਹੜੇ ਕਾਮਨਲੀ ਸਾਹਮਣੇ ਦੇਖਣ ਨੂੰ ਮਿਲੇ, ਦੂਸਰਾ ਪੁਆਇੰਟ ਆਇਆ ਸਾਹਮਣੇ। ਦੂਸਰੇ ਪੁਆਇੰਟ 'ਚ ਇਹ ਚੀਜ਼ ਸਾਹਮਣੇ ਆਈ ਕਿ ਜੀ ਆਇਲਸ 7 band ਈਚ ਕਰਨਾ ਪਏਗਾ। ਗੱਲ ਫਿਰ ਹੋਈ ਪੁਰਾਣੇ ਵਾਲੀ ਆ ਜਾਂਦੀ ਕਿ ਆਇਲਸ 7 band ਈਚ, ਯਾਰ ਉਹ ਤਾਂ ਉਹਨਾਂ ਵਾਸਤੇ ਸੀ ਕਿ ਜਿਨ੍ਹਾਂ ਨੇ ਡਿਪਲੋਮਾ ਹੈ। ਜੇ ਤੁਹਾਡੇ 60 point ਪੂਰੇ ਹੋ ਰਹੇ ਹੈ ਔਰ ਤੁਸੀਂ 30 ਤੋਂ ਥੱਲੇ ਹੋ, ਦੈਨ ਸਮੱਸਿਆ ਕੀ ਹੈ? ਫਿਰ ਉਹ ਚੀਜ਼ ਦੀ ਐਕਸਪਲੇਨੇਸ਼ਨ ਐਂਡ ਟੈਕਨੀਕਲੀ ਇੱਕ ਪ੍ਰੈਜੈਂਟੇਸ਼ਨ ਅਸੀਂ ਬਣਾਈ ਸੀ। ਮੈਂ ਕੋਸ਼ਿਸ਼ ਕਰਾਂਗਾ ਕਿ TV ਦੇ ਉੱਤੇ ਵੀ ਉਹ ਪ੍ਰੈਜੈਂਟੇਸ਼ਨ ਚਲਾਵਾਂ ਆਉਣ ਵਾਲੇ ਕੁਛ ਸ਼ੋਅਸ ਦੇ ਦੌਰਾਨ, ਕਿ 60 point ਬੰਦੇ ਕਿੱਦਾਂ, ਏਜ ਤੁਹਾਡੀ, ਉੱਥੇ ਕੁਆਲੀਫਿਕੇਸ਼ਨ, ਆਸਟ੍ਰੇਲੀਅਨ ਕੁਆਲੀਫਿਕੇਸ਼ਨ ਦੇ ਪੁਆਇੰਟ, ਆਸਟ੍ਰੇਲੀਅਨ ਐਕਸਪੀਰੀਅੰਸ ਦੇ ਪੁਆਇੰਟ ਹੈ, ਦੈਨ ਉਹਦੇ ਬਾਅਦ 'ਚ ਜੇਕਰ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਪੱਕਾ ਉਹਦੇ ਪੁਆਇੰਟ ਹੈ, ਰੀਜਨਲ ਏਰੀਆ ਦੇ ਪੁਆਇੰਟ ਹੈ, ਸਟੇਟ ਸਪੋਂਸਰਸ਼ਿਪ ਦੇ ਪੁਆਇੰਟ ਹੈ। ਆਇਲਸ ਜੇ 6 each ਕਰਦੇ ਹੋ, ਕਿਉਂਕਿ ਪੜ੍ਹਾਈ ਤੋਂ ਬਾਅਦ ਜੇਕਰ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਲੱਗਣਾ, ਵੈਸੇ ਵੀ ਆਇਲਸ 6 ਈਚ ਚਾਹੀਦੇ, ਐਂਡ 6 each ਕਰਦੇ ਹੋ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ PR ਵਾਸਤੇ। ਕੁਛ ਇੱਦਾਂ ਦੇ ਸਟੂਡੈਂਟਸ ਵੀ ਆਏ ਜਿਹੜੇ 572 'ਤੇ ਉੱਥੇ ਗਏ ਸੀ, ਠੀਕ ਹੈ, ਉਹਦੇ ਬਾਅਦ 'ਚੋਂ ਵਾਪਿਸ ਆਏ, ਕੋਈ ਵੀਜ਼ਾ ਕੈਂਸਲ ਨਹੀਂ ਹੋਇਆ, ਮੈਂ ਸਿਰਫ ਉਸ ਵਰਗ ਦੇ ਲਈ, ਕੋਈ ਵੀਜ਼ਾ ਕੈਂਸਲ ਨਹੀਂ ਸੀ ਹੋਇਆ, ਕੋਈ ਪ੍ਰੋਬਲਮ ਨਹੀਂ ਆਈ, ਘਰੇ ਕੋਈ ਸਮੱਸਿਆ ਸੀ ਜਿਸ ਕਰਕੇ ਵਾਪਿਸ ਆ ਗਏ। ਉਹ ਕਹਿੰਦੇ ਕਿ ਅਸੀਂ ਅੱਜ ਵੀ 18 months ਦਾ ਵਰਕ ਪਰਮਿਟ ਜਿਹੜਾ ਮਿਲਦਾ ਵਾ ਉਹਦੇ ਵਾਸਤੇ ਐਲੀਜੀਬਲ ਹਾਂ। ਉਹਨਾਂ ਦੇ ਕੁਸ਼ਚਨਾਂ ਦੇ ਆਨਸਰ ਦਿੱਤੇ, ਕਿੰਨੇ ਗਏ ਬੜੇ ਸੀ, ਕਦੋਂ ਆਏ, ਮਤਲਬ 4-4, 5-5 ਸਾਲ ਹੋ ਗਏ ਉੱਥੇ ਆਏ। ਕਿ ਉਹਨਾਂ ਦਾ ਸਵਾਲ ਸੀ ਵੀ ਤੁਸੀਂ ਜੇ ਔਨਸ਼ੋਰ ਹੋ, ਔਨਸ਼ੋਰ ਮਤਲਬ ਆਸਟ੍ਰੇਲੀਆ 'ਚ ਹੀ ਹੋ, ਆਪਣੀ ਪੜ੍ਹਾਈ ਖਤਮ ਕੀਤੀ, ਦੇ ਮਿਲਦਾ ਜਦੋਂ ਤੁਸੀਂ ਖਤਮ ਕਰਕੇ ਵਾਪਸ ਆ ਜਾਂਦੇ ਹੋ, ਐਂਡ 6 years ਬਾਅਦ ਤੁਸੀਂ ਕਹਿੰਦੇ ਹੋ ਕਿ ਜੀ ਮਿਲੇਗਾ, ਉਹ ਚੀਜ਼ ਨਹੀਂ ਮਿਲਦੀਗੀ। ਉਹਦੇ ਬਾਅਦ ਤੀਸਰਾ ਇੱਕ ਹੋਰ ਫੈਕਟਰ ਆ ਗਿਆ ਕਿ PR ਦੀ ਕੈਟੇਗਰੀ ਦੇ, ਇੱਦਾਂ ਦੇ ਕਾਫੀ ਸਟੂਡੈਂਟਸ ਆ ਜਾ ਕੇ ਮਿਲੇ, ਕੈਂਡੀਡੇਟਸ ਆ ਕੇ ਮਿਲੇ, ਨੋਟ ਸਟੂਡੈਂਟਸ,
ਕਿ ਵੀ ਜਿਨ੍ਹਾਂ ਨੇ ਪੜ੍ਹਾਈ ਖਤਮ ਕੀਤੀ ਇੱਥੇ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਕੰਮ ਕਰ ਰਿਹਾ। ਕੈਟੇਗਰੀਜ਼ ਹੈ ਬਟ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਵੀ ਉਹ ਵੀ ਐਲੀਜੀਬਲ ਹੈ। ਐਗਜ਼ਾਮਪਲ ਲੈਂਦੇ ਹਾਂ, ਇੱਥੇ ਇੱਕ ਐਪਲੀਕੇਸ਼ਨ ਆਈ ਕਿ ਵੀ ਰਿਟੇਲ ਦਾ ਉਹਨਾਂ ਦਾ ਬਿਜ਼ਨਸ ਹੈ, ਉਹਨਾਂ ਦੇ ਫੈਮਿਲੀ ਬਿਜ਼ਨਸ ਹੈ ਰਿਟੇਲ ਦਾ, ਐਂਡ ਦੈਨ ਉਹਦੇ ਵਿੱਚ ਇੱਕ ਕੈਟੇਗਰੀ ਹੈ ਰਿਟੇਲ ਮੈਨੇਜਰਸ। ਉਹ ਕਹਿੰਦਾ ਜੀ ਮੇਰਾ ਤਾਂ ਜਿਹੜਾ ਵਾ ਇੱਕ ਡਿਪਾਰਟਮੈਂਟਲ ਸਟੋਰ ਹੈ, ਮੈਂ ਉਹ ਰਿਟੇਲ ਮੈਨੇਜਰ ਲਈ ਕਿੱਦਾਂ ਜਾ ਸਕਦਾ ਹਾਂ। ਉਹਨੂੰ ਜਦੋਂ ਉਹ ਐਕਸਪਲੇਨ ਸੀ ਕਹਿੰਦਾ ਹਾਂਜੀ ਜੀ ਮੈਂ ਤਾਂ ਬਿਲਕੁਲ ਐਲੀਜੀਬਲ ਹਾਂ, ਮੈਨੂੰ ਅੱਜ ਤੱਕ ਜਲੇਬੀ ਵਗਣ ਘੁਮਾਇਆ ਗਿਆ ਸੀ ਕਿ ਜੀ ਕਿਸੇ ਕੋਲ ਜਾਂਦਾ ਸੀ ਉਹ ਨਹੀਂ ਤੂੰ ਐਲੀਜੀਬਲ ਨਹੀਂ ਤੂੰ ਸੱਤ ਕਰ, ਨਹੀਂ ਯਾਰ ਤੈਨੂੰ 7.5 ਚਾਹੀਦੇ ਆ। ਸੋ ਉਸ ਚੀਜ਼ ਦਾ ਜਵਾਬ ਸੀ ਹੱਥ ਨਾ ਪਹੁੰਚੇ ਥੂ ਕੋੜੀ, ਤੁਸੀਂ ਉਹ ਚੀਜ਼ ਕਰਦੇ ਨਹੀਂ, ਇਸ ਤਰੀਕੇ ਰਿਕੁਆਇਰਮੈਂਟ ਦੇ ਦਿਓ ਬੰਦਾ ਪੂਰੀ ਨਹੀਂ ਹੋਣੀ। ਬਟ ਬੰਦੇ ਦੇ ਦਿਮਾਗ 'ਚ ਇੱਕ ਛਾਪ ਆਈ ਕਿ ਯਾਰ ਮੇਰਾ ਕੰਮ ਨਹੀਂ ਹੋ ਸਕਦਾ। ਸਭ ਤੋਂ ਜ਼ਿਆਦਾ ਜਿਹੜਾ ਵਾ ਮੇਜਰਲੀ ਇਹ ਉਹਨਾਂ ਦੀਆਂ ਪ੍ਰੋਬਲਮਸ ਦਾ ਹੱਲ ਨਿਕਲਿਆ ਕਿ ਵੀ ਜਿਹੜੇ ਸਟੂਡੈਂਟਸ ਉੱਥੇ ਪੜ੍ਹਨ ਲਈ ਗਏ ਸੀ, ਜੋ ਅਸੀਂ ਅੱਜ ਤੋਂ ਦੋ ਸ਼ੋਸ ਪਹਿਲੇ ਰਣਵੀਰ ਜੀ ਡਿਸਕਸ ਕੀਤਾ ਸੀ ਕਿ ਗਿਆ ਵੈ ਬੰਦਾ ਐਜੂਕੇਸ਼ਨ ਲੋਨ ਲੈ ਕੇ, ਵੀਜ਼ਾ ਕੈਂਸਲ ਹੋ ਗਿਆ, ਇੰਡੀਆ ਛੁੱਟੀ ਆਇਆ ਸੀ, ਗਿਆ ਉੱਥੇ ਪੜ੍ਹਨ ਲਈ, ਦੈਨ ਉਹਦੇ ਬਾਅਦ 'ਚੋਂ ਉੱਥੇ ਲਿਸਟ ਨਿਕਲ ਗਈ, ਫਿਰ ਕੋਰਸ ਚੇਂਜ ਕਰ ਲਿਆ, ਕਾਲਜ ਬਦਲਦਾ ਰਿਹਾ, ਪ੍ਰੋਬਲਮ ਆ ਗਈ। ਸਟੂਡੈਂਟ ਜਿਹੜੇ ਨਵੇਂ ਸੀ ਅਸੀਂ ਕੀ ਕੀਤਾ, ਜਿਹੜੇ ਸਟੂਡੈਂਟ ਨਵੇਂ ਇਨਕੁਆਇਰੀ ਲੈਣ ਲਈ ਆਏ ਉਹਨਾਂ ਨੂੰ ਇੱਕ ਬੰਨੇ ਬਿਠਾਇਆ, ਜਿਹੜੇ ਆਸਟ੍ਰੇਲੀਆ ਤੋਂ ਹੋ ਕੇ ਆਏ ਉਹਨਾਂ ਨੂੰ ਦੂਸਰੇ ਬੰਨੇ ਬਿਠਾਇਆ, ਇਹਨੂੰ ਪੁੱਛਿਆ ਕਿ ਵੀ ਹੁਣ ਤੁਸੀਂ ਆਪਸ 'ਚ ਇਹਨਾਂ ਨੂੰ ਸਮਝਾਓ ਕਿ ਵੀ ਜਿਹੜੇ ਡਿਗਰੀ ਕਰਨ ਲਈ ਚੱਲੇ ਆ ਕਿ ਇਹਨਾਂ ਨੂੰ ਉੱਥੇ ਜਾ ਕੇ ਚੇਂਜ ਕਰਨਾ ਪੈਂਦਾ। ਦੈਨ ਉਹ ਵਰਡ ਟੂ ਵਰਡ ਸਟੂਡੈਂਟ ਵੱਲੋਂ ਚੀਜ਼ਾਂ ਆਈਆਂ, ਵਰਡ ਟੂ ਵਰਡ। ਐਂਡ ਮੈਂ ਉੱਥੇ ਆਪਣੇ ਆਫਿਸ 'ਚ ਕਹਿ ਰਿਹਾ ਯਾਰ ਇੱਥੇ ਜੇ ਕੈਮਰਾ ਹੁੰਦਾ ਨਾ ਇਹਨੂੰ ਟੀ ਵੀ ਦੇ ਉੱਤੇ ਚਲਾਉਂਦੇ ਕਿ ਵੀ ਜੋ ਮੈਂ ਕਹਿ ਰਿਹਾ ਸੀ ਕਿ ਵੀ ਉਸ ਚੀਜ਼ ਨੂੰ ਲੈ ਕਰਕੇ ਕਿ ਯਾਰ ਉੱਥੇ ਜਦੋਂ ਜਾਈਦਾ ਨਾ ਤੁਹਾਨੂੰ ਪੱਟਣ ਵਾਲੇ ਸਭ ਤੋਂ ਪਹਿਲੇ ਉਹ ਬੰਦੇ ਆ ਕਿ ਜਿਹੜੇ ਉੱਥੇ ਨਵੇਂ ਨਵੇਂ ਯਾਰ ਬੰਦੇ ਆ ਜਿਹੜੇ ਪੁਰਾਣੇ ਉੱਥੇ। ਇੱਕ ਵਰਤਾਰਾ ਆਸਟ੍ਰੇਲੀਆ 'ਚ ਨਹੀਂ, ਮੈਂ ਦੋ ਲਾਈਨਾਂ ਜੋੜਨੀ ਚਾਹੂੰਗਾ, ਚਾਰ ਦੇਸ਼ਾਂ ਦੀਆਂ ਅਸੀਂ ਡਾਕੂਮੈਂਟਰੀਜ਼ ਬਣਾ ਚੁੱਕੇ ਹਾਂ, ਸਾਰਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਮੁੰਡਿਆਂ ਦੀਆਂ ਗੱਲਾਂ 'ਚ ਆ ਗਏ ਜੀ। ਹਾਈ ਪ੍ਰੈਸ ਦੇ ਵਿੱਚ ਤਾਂ ਸਿਰਫ ਇੱਕ ਮਿੰਟ ਲਊਂਗਾ, ਟੈਕਸੀਆਂ ਤੱਕ ਹਾਇਰ ਕੀਤੀਆਂ ਹੋਈਆਂ, ਜੇ ਉਹ 100 ਯੂਰੋ ਪਾਉਂਡ ਡਾਲਰ ਲੈਂਦੀ ਉਹਨੂੰ ਕਿਹਾ ਤੂੰ 200 ਲੈਣੇ ਆ, 50 ਮੇਰੇ ਤਾਂ 50 ਮੇਰੇ ਅਤੇ 50 ਤੇਰੇ, ਉਹਦਾ ਕੋਈ ਕੰਮ ਨਹੀਂ, ਸਿਰਫ ਕਿਉਂਕਿ ਸਾਡੇ ਬੱਚਿਆਂ ਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਅਤੇ ਪੰਜਾਬੀ 'ਚ ਜਾ ਕੇ ਗੱਲ ਕਰਦੇ ਨੇ, ਕਿੰਨੇ ਪੈਸੇ ਲੋਕ ਉਹਨੂੰ ਛੱਡ ਦਿੰਦੇ ਨੇ, ਕੋਰਸ ਚੇਂਜ ਕਰਾਉਣਾ, ਇੱਧਰੋਂ ਐਡਮਿਸ਼ਨਾਂ ਕਰਾਉਣੀਆਂ, ਇਹ ਕੌਣ ਕਰਦਾ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ, ਜਿਹੜੇ ਵਿਦਿਆਰਥੀ ਗਲਤ ਇੰਟਾਂ ਦੇ ਹੱਥਾਂ ਨਾਲ ਪਹੁੰਚਦੇ ਨੇ ਉਹਨੇ ਪੈਸੇ ਤਾਂ ਕਿਤੇ ਨਾ ਕਿਤੇ ਪੂਰੇ ਕਰਵਾਉਣੇ ਆ, ਹਾਂ, ਐਂਡ ਉਹ ਕਮਾਉਣ ਦੇ ਚੱਕਰ 'ਚ ਉਹ ਫਿਰ ਸਭ ਦਾ ਨੁਕਸਾਨ ਕਰਦੇ ਨਹੀਂ। ਇਹਦਾ ਇੱਕ ਅਗਲਾ ਪੜਾਅ ਵੀ ਹੈ, ਉਹੀ ਕਲੀਅਰ ਕਰ ਦਿੰਦੇ, ਏਜੰਟ ਕੋਲੋਂ ਅੱਜ ਬੱਚਾ ਗਿਆ ਪੈਸੇ ਲੈ ਲਏ, ਉਹਦੇ ਬਾਅਦ 'ਚ ਉਹਨੇ ਇੱਕ ਅੱਧਾ ਬੱਚਾ ਦੇ ਦਿੱਤਾ, ਦੈਨ ਆਫਟਰਵਰਡ ਉਹ ਬੱਚੇ ਨਾਲ ਹੋ ਗਿਆ, ਉਹਨੇ ਕਿਹਾ ਯਾਰ ਤੂੰ ਉੱਥੇ ਹੁਣ ਅੱਜ ਕੀ ਕਰ ਰਿਹਾ ਜੀ ਭਾਜੀ, ਮੈਂ ਕੰਮ ਕਰ ਰਿਹਾ ਯਾਰ, ਮੇਰਾ ਬੱਚਾ ਆ ਰਿਹਾ ਉਹਨੂੰ ਸਾਂਭ ਲਈ, ਚਲੋ ਜੀ ਸਾਂਭ ਲਈ, ਤੈਨੂੰ ਮੈਂ $100 ਦੇ ਦੂੰਗਾ। ਉੱਧਰ ਵੀ ਸ਼ੁਰੂਆਤ ਕਰਾਤੀ, ਐਂਡ ਇੱਧਰੋਂ ਫਿਰ ਸ਼ੁਰੂ ਹੋ ਗਿਆ ਯਾਰ ਆਹ ਫਲਾਣਾ ਬੰਦਾ ਆ ਰਿਹਾ, ਇਹਨੂੰ ਮੈਂ ਪਹਿਲੇ ਕਿਹਾ ਤਾਂ $500 ਲੱਗਣਾ, 200 ਰੱਖ ਲਈ, 300 ਮੈਨੂੰ ਵੀ ਭੇਜ ਦੀ, ਮਤਲਬ ਉਹ ਲਾਲਚ ਨਹੀਂ ਖਤਮ ਹੁੰਦਾ। ਜਿਹੜਾ ਉਹਨਾਂ ਨੂੰ ਜਦੋਂ ਸਾਹਮਣੇ ਬਿਠਾਇਆ ਆਫਿਸ ਦੀ ਗੱਲ ਕਰ ਰਹੇ ਸੀ, ਮੈਂ ਕਾਸ਼ ਕੈਮਰਾ ਹੁੰਦਾ ਅਤੇ ਇਹਨੂੰ ਮੈਂ ਜਿਹੜਾ ਵਾ ਟੀ ਵੀ ਦੇ ਉੱਤੇ ਚਲਾ ਸਕਦਾ। ਕੋਸ਼ਿਸ਼ ਕਰੂੰਗਾ ਆਉਣ ਵਾਲੇ ਜਿਹੜੇ ਸੈਮੀਨਾਰਸ ਹੈਗੇ ਆ ਅਗਲੇ 2-3 ਦਿਨਾਂ 'ਚ, ਉਹਨਾਂ ਦੇ ਵਿੱਚ ਜ਼ਰੂਰ ਆ ਵਾਲੀ ਚੀਜ਼ ਆਪਣਾ ਟੈਲੀਕਾਸਟ ਕਰਾਂ, ਕਿਉਂਕਿ ਕਹਿੰਦੇ ਨੇ ਜਿਹੜਾ ਬੰਦੇ ਦੇ ਬੀਤੀ ਹੈ ਉਹ ਹੱਡ ਬੀਤੀ ਸੁਣਾਵੇ ਉਹ ਗੱਲ ਹੀ ਵੱਖਰੀ ਹੈ। ਇਹ ਸਟੂਡੈਂਟ ਦੇ ਨਾਲ ਇਹ ਉਹ ਕਹਿੰਦੇ ਜੀ ਕਿ ਸਭ ਤੋਂ ਪਹਿਲਾਂ ਇੱਕ ਬੱਚੇ ਦਾ ਬੜਾ ਮਜ਼ੇਦਾਰ ਚੀਜ਼ ਸੀ, ਕਹਿੰਦਾ ਜੀ ਮੈਨੂੰ ਬੜਾ ਵਧੀਆ ਸਿਸਟਮ ਸੀ, ਮੈਂ 1.5 ਸਾਲ ਆਪਣਾ ਕੋਰਸ ਨਹੀਂ ਛੱਡਿਆ, ਕਹਿੰਦਾ ਜੀ ਮੈਨੂੰ ਕੰਮ ਵੀ ਬਹੁਤ ਮਿਲਿਆ, ਮੈਂ $150 ਦਿਹਾੜੀ ਦਾ ਕਮਾਇਆ, ਮੈਂ 1.5 ਸਾਲ ਕਹਿੰਦਾ ਬਿਲਕੁਲ ਨਹੀਂ ਲਿਆ, ਕਹਿੰਦਾ ਜੀ ਮੇਰਾ ਯਾਰ ਬਣ ਗਿਆ ਮੇਰੇ ਕੰਮ ਦੇ ਉੱਤੇ, ਕਹਿੰਦਾ ਜਦੋਂ ਮੈਂ ਉਹਨੂੰ ਵੇਖਿਆ ਕਿ ਉਹ $250 ਕਮਾਉਂਦਾ, ਇੱਕ ਦਿਨ ਕਾਲਜ ਨਹੀਂ ਗਿਆ, ਕੋਈ ਫੀਸ ਨਹੀਂ ਭਰੀ, ਘਰੇ ਭਰ ਭਰ ਪੈਸੇ ਭੇਜਤੇ, ਆਪਣੇ ਭਾਈ ਬੁਲਾ ਲਏ, ਆਪਣੀ ਸਿਸਟਰ ਬੁਲਾ ਲਈ, ਵਧੀਆ ਪਰਿਵਾਰ ਸੈੱਟ ਕਰ ਲਿਆ, ਕਹਿੰਦਾ ਮੈਨੂੰ ਇੱਕ ਆਇਆ ਯਾਰ ਮੈਂ ਪਾਗਲ ਹਾਂ, ਮੈਂ ਕਿਉਂ ਇੱਦਾਂ ਕਰ ਰਿਹਾ, ਮੈਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ, ਕਹਿੰਦਾ ਜੀ ਮੈਂ ਵੀ ਉਹਦੇ ਰਾਹ 'ਤੇ ਤੁਰ ਪਿਆ। ਕਹਿੰਦਾ 2009-10 ਦੇ ਵਿੱਚ ਉਹ ਭਾਈ ਸਾਹਿਬ ਦਾ ਤਾਂ ਸਾਰਾ ਆ ਗਏ, ਸਾਰੇ ਜਣੇ ਵਾਪਸ ਆਪਣਾ ਉੱਥੋਂ ਭਾਂਡੇ ਟਿੰਡੇ ਚੱਕ ਕੇ, ਕਹਿੰਦਾ ਜੀ ਮੈਨੂੰ ਹੁਣ ਵਾਪਸ ਆਉਣਾ ਪਿਆ। ਐਂਡ ਉਸ ਬੰਦੇ ਦਾ ਜਿਹੜਾ ਇਹ ਬੰਦਾ ਵਾਪਸ ਆਇਆ ਵਾ, ਇਸ ਬੰਦੇ ਦਾ ਰੀਜਨਲ ਸਪੋਂਸਰਸ਼ਿਪ ਹੈਗੀ ਸੀ, ਜਿੱਥੇ ਕੰਮ ਕਰਦਾ ਸੀ, ਕੰਮ ਵਧੀਆ ਕਰਦਾ ਸੀ, ਉੱਥੇ ਇੰਪਲੋਇਰ ਨੇ ਉਹਨੂੰ ਰੀਜਨਲ ਸਪੋਂਸਰਸ਼ਿਪ ਦਿੱਤੀ ਕਿ ਵੀ ਤੂੰ ਮੇਰੇ ਕੋਲ ਰਹਿ, ਆਹ ਫੜ ਸਪੋਂਸਰਸ਼ਿਪ ਅਪਲਾਈ ਕਰ। ਰੀਜਨਲ ਸਪੋਂਸਰਸ਼ਿਪ ਦਾ ਮਤਲਬ ਹੈ ਕਿ ਤੁਹਾਨੂੰ ਅੱਜ 4 ਸਾਲ ਦਾ ਵੀਜ਼ਾ ਮਿਲਣਾ, 2 ਸਾਲ ਜੇ ਤੁਸੀਂ ਉੱਥੇ ਕੰਮ ਕਰ ਲਿਆ ਤੁਸੀਂ ਪੱਕੇ ਹੋ PR ਹੈਗੀ ਹੈ, ਇੰਪਲੋਇਰ ਸਪੋਂਸਰ ਦਾ ਜਾਂ ਰੀਜਨਲ ਸਪੋਂਸਰ। ਉਹ ਬੰਦਿਆਂ ਨੇ ਅਪਲਾਈ ਕੀਤੀ, ਅਪਲਾਈ ਕਰਨ ਤੋਂ ਬਾਅਦ ਇੱਕ ਜ਼ਰਾ ਸੋਚੋ, ਆਹ ਸਾਹਮਣੇ ਮੰਜ਼ਿਲ ਨਜ਼ਰ ਆਉਣੀ ਸ਼ੁਰੂ ਹੋ ਗਈ, ਇੱਕ ਕਦਮ ਦੂਰ ਹਾਂ ਮੈਂ ਸਿਰਫ ਹੋਰ ਤੋਂ ਕਿ ਹੁਣ ਮੈਨੂੰ PR ਮਿਲੂਗੀ, 2 ਸਾਲ ਆਹ ਲਾਸਟ ਵੀਜ਼ਾ ਜਿਹੜਾ ਮੈਂ ਅਪਲਾਈ ਕਰਨਾ ਇਹਦੇ ਬਾਅਦ 'ਚੋਂ ਨਹੀਂ। ਐਂਡ ਉਦੋਂ ਜਦੋਂ ਪੈਂਦੀ ਹੈ ਤਾਂ ਕੀ ਬੰਦੇ ਦੇ ਦਿਲ 'ਤੇ ਬੀਤਦੀ ਹੈ, ਔਰ ਉਸ ਚੀਜ਼ ਦੇ ਉੱਤੇ ਪੈ ਜੇ ਜਿਹਦੀ 4 ਸਾਲ ਪਹਿਲੇ ਜਾਣੇ ਅਣਜਾਣੇ 'ਚ ਕਰਤੀ, ਜਦੋਂ ਨੌਲੇਜ ਨਹੀਂ ਸੀ ਹੈਗੀ, ਤਾਂ ਕੀ ਬੰਦੇ ਦੇ ਦਿਲ ਦੇ ਉੱਤੇ ਬੀਤਦੀ, ਔਰ ਕਿਹਨੂੰ ਜਾ ਕੇ ਬੰਦਾ ਕੰਪਲੇਂਟ ਕਰਦਾ ਉਸ ਸਾਲ ਦਾ? ਏਜੰਟ ਕੋਲ ਨਹੀਂ ਜਾ ਸਕਦਾ, 4 ਸਾਲ ਪੁਰਾਣੀ ਗੱਲ ਹੈ ਯਾਰ, ਮੈਂ ਭੇਜਤਾ ਸੀ, ਮੈਂ ਵੀਜ਼ਾ ਲਵਾਉਣ ਲਈ ਲਵਾਤਾ, ਮੈਂ ਹੁਣ ਫਾਹਦ
ਆਹ ਵਰਡ ਸੁਣਨ ਨੂੰ ਮਿਲੇ। 4 ਸਾਲ ਬਾਅਦ ਉਹਦਾ ਇਸ ਕਰਕੇ ਵੀ ਰੀਜਨਲ ਸਪੋਂਸਰਸ਼ਿਪ ਰਿਜੈਕਟ ਹੋ ਗਈ ਕਿ ਜਿਹਦੀ ਤੂੰ ਲੋਨ ਲੈਟਰ ਲਾ ਕੇ ਆਇਆ ਸੀ, ਜਿਹਦੀ ਤੂੰ ਐਕਸਪੀਰੀਅੰਸ ਲਾਇਆ ਸੀ ਕਿ ਜਦੋਂ ਤੂੰ ਆਪਣਾ ਵੀਜ਼ਾ ਲਿੱਤਾ ਸੀ, ਤੇਰੀ 12ਵੀਂ ਸੀ 2001 'ਚ, ਉਹਦੇ ਬਾਅਦ 'ਚ ਤੂੰ 4 ਸਾਲ ਦਾ ਐਕਸਪੀਰੀਅੰਸ ਲਾਇਆ ਸੀ ਕਿ ਜੀ ਮੈਂ ਆਹ ਵਾਲੀ ਜਗ੍ਹਾ 'ਚ ਕੰਮ ਕਰਦਾ ਕਿ ਬਤੌਰ ਕੁੱਕ, ਅਤੇ ਜਿਹੜਾ ਹੈਗਾ ਵਾ ਹੁਣ ਅੱਗੇ ਮੈਂ ਕੁੱਕਰੀ ਦਾ ਕੋਰਸ ਕਰਨ ਲਈ ਜਾਣਾ ਚਾਹੁੰਦਾ ਕਿ ਮੈਨੂੰ ਇੰਟਰਨੈਸ਼ਨਲ ਐਜੂਕੇਸ਼ਨ ਮਿਲ ਜਾਵੇ। ਜਦੋਂ ਅਸੀਂ ਵੈਰੀਫਾਈ ਕੀਤਾ, ਅੰਬੈਸੀ ਕਹਿੰਦੀ ਜਦੋਂ ਅਸੀਂ ਵੈਰੀਫਾਈ ਕੀਤਾ, ਉਹ ਕਹਿੰਦੇ ਜੀ ਸਾਡੇ ਕੋਲ ਇਸ ਨਾਂ ਦਾ ਕੁੱਕ ਹੀ ਨਹੀਂ, ਭੁੱਲ ਗਏ ਹੋਣਗੇ ਵਿਚਾਰੇ, ਉਹ ਵੀ 2010-11 ਦੇ ਵਿੱਚ ਆ ਕੇ 2004 ਦਾ ਐਕਸਪੀਰੀਅੰਸ ਦੱਸਿਆ ਸੀ, 6 ਸਾਲ 'ਚ ਬੰਦਾ ਭੁੱਲ ਜਾਂਦਾ। ਉਹ ਗੋਰਿਆਂ ਨੇ ਫਿਰ ਵੀ ਕੁਛ ਨਹੀਂ ਕਿਹਾ, ਉਹ ਕਹਿੰਦੇ ਸਾਨੂੰ ਨਾ ਇਹ 28 ਦਿਨਾਂ 'ਚ ਐਕਸਪਲੇਨੇਸ਼ਨ ਦੇ ਦਿਉ, ਹੋ ਸਕਦਾ ਤੁਹਾਡਾ ਇੰਪਲੋਇਰ ਭੁੱਲ ਗਿਆ ਹੋਵੇ, ਉਹਦੇ ਕੋਲ ਲਿਖਾ ਕੇ ਦੇ ਦਿਉ ਦੁਬਾਰਾ। ਕਿਹੜੇ ਕੋਲ ਜਾ ਕੇ ਲਿਖਾਵੇ ਵਿਚਾਰਾ, ਕਿਉਂਕਿ ਕੀਤਾ ਹੀ ਨਹੀਂ ਸੀ ਕੰਮ, ਏਜੰਟ ਨੇ ਅਰੇਂਜ ਕਰਾਇਆ ਸੀ। ਆਹ ਚੀਜ਼ਾਂ ਜਦੋਂ ਹੁੰਦੀਆਂ ਨਾ, ਉਦੋਂ ਬਹੁਤ ਦੁੱਖ ਲੱਗਦਾ। ਸੋ ਉਸ ਚੀਜ਼ ਨੇ ਕਿਹਾ, ਮੈਂ ਕਿਹਾ ਤੈਨੂੰ ਕੀ ਕਰਨਾ ਚਾਹੀਦਾ? ਹਾਂ, ਕਹਿੰਦਾ ਜੀ ਭਾਅ ਜੀ ਉਸ ਟਾਈਮ 'ਤੇ ਇਹ ਵੀ ਆਪਸ਼ਨ ਹੈਗੀ ਸੀ ਕਿ ਮੇਰੇ ਨਾਲ ਮੈਂ ਉੱਥੇ ਜਾ ਕੇ ਮੁੰਡਿਆਂ ਨੂੰ ਮਿਲਿਆ ਕਿ ਵੀ 12ਵੀਂ ਕੀਤੀ ਹੈ, ਜੇ 4-3 ਸਾਲ ਹੋ ਗਏ ਪੜ੍ਹਾਈ ਛੱਡੇ, ਉਹਨੂੰ ਸਿਰਫ ਐਕਸਪਲੇਨ ਕੀਤਾ SOP ਦੇ ਵਿੱਚ, ਉਹਨਾਂ ਦੇ ਵੀਜ਼ੇ ਵੀ ਲੱਗੇ ਅੱਜ ਉਹ ਪੱਕੇ। ਕਹਿੰਦਾ ਮੇਰੀ ਮਾੜੀ ਕਿਸਮਤ ਇਹ ਰਹਿ ਗਈ, ਮੈਂ ਉਹ ਛੇਤੀ ਵਾਲੇ ਚੱਕਰ 'ਚ ਮਰ ਗਿਆ, ਕਿਤੇ ਮੇਰੀ ਗੱਡੀਆਂ ਨਾ ਰਹਿ ਜਾ, ਕਿਤੇ ਕਾਨੂੰਨ ਨਾ ਚੇਂਜ ਹੋ ਜਾਣ। ਸੋ ਆਹ ਸਾਰੀਆਂ ਚੀਜ਼ਾਂ ਦਾ ਹੁਣ ਉਹਦਾ ਦੁਬਾਰਾ ਵਿਦ ਦਾ ਐਕਸਪਲੇਨੇਸ਼ਨ ਦੁਬਾਰਾ ਰੀਜਨਲ ਸਪੋਂਸਰਸ਼ਿਪ ਅਪਲਾਈ ਹੋ ਰਹੀ ਹੈ, ਕਿਉਂਕਿ ਉਹ ਬੰਦੇ ਨੇ 3 ਸਾਲ ਦਾ ਉਹਦਾ ਬੈਨ ਲੱਗ ਗਿਆ ਸੀ, ਹੁਣ ਉਹ 3 ਸਾਲ ਦਾ ਬੈਨ ਉਹਦਾ ਮੁੱਕ ਰਿਹਾ ਵਾ, ਹੁਣ ਉਹ ਦੁਬਾਰਾ ESS ਗਲੋਬਲ ਕੋਲੋਂ ਵੀਜ਼ਾ ਅਪਲਾਈ ਕਰ ਰਿਹਾ, ਐਂਡ ਜਦੋਂ ਵੀਜ਼ਾ ਲੱਗ ਜਾਏਗਾ ਉਸੇ ਬੰਦੇ ਨੂੰ ਇੱਥੇ ਮੰਚ 'ਤੇ ਵੀ ਲਿਆਵਾਂਗੇ। ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਵੀ ਆਹ ਸੈਮੀਨਾਰ ਜਿਹੜੇ ਸਾਡੇ ਹੋ ਰਹੇ ਨੇ, ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ, ਇਹਨਾਂ ਦਾ ਸਾਡਾ ਇੱਕੋ ਮੋਟਿਵ ਹੈ ਕਿ ਵੀ ਜੋ ਚੀਜ਼ਾਂ ਪਾਸ ਦੇ ਵਿੱਚ ਲੋਕਾਂ ਕੋਲੋਂ ਹੋ ਗਈਆਂ ਉਹ ਹੋ ਗਈਆਂ, ਲਾਈਫ 'ਚ ਰਿਵਾਇੰਡ ਦਾ ਬਟਨ ਨਹੀਂ ਗਾ ਕਿ ਅਸੀਂ ਪਿੱਛੇ ਜਾ ਕੇ ਗਲਤੀ ਸੁਧਾਰ ਲਈਏ, ਬਟ ਹਾਂ ਪਲੇ ਦਾ ਬਟਨ ਜ਼ਰੂਰ ਹੈ ਜਿਹਦੀ ਨੋਰਮਲ ਚੱਲ ਰਹੀ ਹੈ, ਔਰ ਤਾਂ ਰੋਕ ਨਹੀਂ ਸਕਦੇ, ਤਾਂ ਪੌਸ ਵੀ ਨਹੀਂ ਗਾ, ਲਾਈਫ ਰੁਕਣੀ ਵੀ ਨਹੀਂ, ਚੱਲੀ ਜਾਣੀ ਹੈ। ਸੋ ਇਹ ਜਿਹੜੀ ਲਾਈਫ ਚੱਲ ਰਹੀ ਹੈ ਨਾ, ਉਹ ਜੋ ਗਲਤੀਆਂ ਹੋ ਗਈਆਂ ਉਹਨਾਂ ਤੋਂ ਸਿੱਖ ਕੇ, ਜਾਂ ਕਿਸੇ ਨੇ ਕੀਤੀ ਉਹਦੇ ਤੋਂ ਸਿੱਖ ਕੇ ਉਹਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰ ਲਈਏ ਨਾ, ਤਾਂ ਸਾਡਾ ਤਜਰਬਾ ਦੁੱਗਣਾ ਨਹੀਂ 10 ਗੁਣਾ ਹੋ ਜਾਂਦਾ ਹੈਗਾ। ਕਿਉਂਕਿ ਤੁਸੀਂ ਇੱਕ ਕਹਿੰਦੇ ਨਾ, ਆਪਣੀ ਗਲਤੀ ਤੋਂ ਤਾਂ ਬੰਦਾ ਨੋਰਮਲੀ ਸਿੱਖ ਹੀ ਲੈਂਦਾ, ਕਿਉਂਕਿ ਜਦੋਂ ਇੰਨੀ ਕੱਸ ਕੇ ਪੈਂਦੀ ਹੈ ਤਾਂ ਬੰਦਾ ਸਿੱਖ ਹੀ ਲੈਂਦਾ ਕਿ ਮੈਂ ਤਾਂ ਆਹ ਗਲਤੀ ਹੋਈ, ਮੈਂ ਗਾਹਾਂ ਤੋਂ ਨਹੀਂ। ਲੱਖ ਬੰਦੇ ਨੇ ਕੀਤੀ ਆਸਟ੍ਰੇਲੀਆ 'ਚ, ਬਟ ਤੁਸੀਂ ਬੜਾ ਔਖਾ ਹੁੰਦਾ ਕਿਸੇ ਦੀ ਮਿਸਟੇਕ ਤੋਂ ਸਿੱਖ ਕੇ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰਨਾ। ਸੋ ਉਹ ਵਾਲੀ ਚੀਜ਼ ਜੇਕਰ ਅਸੀਂ ਕਰ ਲੈਂਦੇ ਹਾਂ ਨਾ, ਇਹ ਦੇਸ਼ ਪ੍ਰਦੇਸ਼ ਦੇ ਮੰਚ ਦੇ ਉੱਤੋਂ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ, ਜਿਹੜਾ ਪੂਰਾ ਹੀ ਲਾਹਾ ਲੈ ਲੈਂਦੇ ਹਾਂ, ਤਾਂ ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ 'ਚ ਉਹ ਚੀਜ਼ਾਂ ਨਹੀਂ ਹੋਣਗੀਆਂ ਜੋ ਕਿਸੇ ਟਾਈਮ 'ਚ ਲੋਕਾਂ ਦੀਆਂ ਹੋਈਆਂ। ਸੋ ਕੋਈ ਵੀ ਤੁਸੀਂ ਲੀਗਲ ਐਡਵਾਈਸ ਚਾਹੁੰਦੇ ਹੋ, ਕੋਈ ਵੀ ਲੀਗਲ ਐਡਵਾਈਸ ਚਾਹੁੰਦੇ ਹੋ ਆਸਟ੍ਰੇਲੀਆ ਨੂੰ ਲੈ ਕਰਕੇ, ਹਲੇ ਦੋ ਦਿਨ ਹੋਰ ਨੇ ਅੱਗੇ, ਹਾਂਜੀ ਅੱਗੇ ਸੈਮੀਨਾਰਸ ਹੋਰ ਨੇ, ਇਹ ਲੁਧਿਆਣਾ ਦੇ ਵਿੱਚ ਹੋ ਰਿਹਾ, ਇਹ ਅੰਮ੍ਰਿਤਸਰ ਦੇ ਵਿੱਚ ਹੈ, ਜਲੰਧਰ ਦੇ ਵਿੱਚ ਹੈ, ਇਹ ਇੱਥੇ ਆ ਕੇ ਆਪਣੇ ਕਾਗਜ਼ ਜਿੱਥੋਂ ਮਰਜ਼ੀ ਜਿੰਨੀ ਦੂਰੋਂ ਆਉਣਾ, ਜਲੰਧਰ ਆ ਜਾਓ, ਅੰਮ੍ਰਿਤਸਰ ਆ ਜਾਓ, ਲੁਧਿਆਣੇ ਆ ਜਾਓ, ਜਿਹੜਾ ਵੀ ਨੇੜੇ ਸਟੇਸ਼ਨ ਬਣਦਾ ਉੱਥੇ ਆ ਕੇ ਆਪਣੇ ਡਾਕੂਮੈਂਟ ਲੈ ਕੇ ਇੱਕ ਵਾਰ, ਜਦੋਂ ਸਾਰੇ ਬੰਦੇ ਮੇਨ ਜਿਹੜੇ ਆਪਣਾ ESS ਗਲੋਬਲ ਦੇ ਮੰਚ ਦੇ ਉੱਤੇ ਨੇ, ਜਦੋਂ ਉਹ ਸਾਰੇ ਇਕੱਠੇ ਬੈਠੇ ਹੈ, ਅਤੇ ਬੰਦੇ ਨੂੰ ਬਿਲਕੁਲ ਰਾਈਟ ਐਡਵਾਈਸ ਮਿਲਦੀ ਹੈ, ਕਿਤੇ ਕੋਈ ਇਨਫੋਰਮੇਸ਼ਨ ਮਿਸਿੰਗ ਨਹੀਂ ਰਹਿ ਜਾਂਦੀ, ਅਤੇ ਆਪਣਾ ਖੁੱਲ੍ਹਾ ਡੁੱਲਾ ਸਮਾਂ ਕੱਢ ਗਿਆ, ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ, ਅਤੇ ਬੰਦੇ ਨੂੰ ਟਾਈਮ ਆਉਣ ਦੇ ਵਿੱਚ ਉਹ ਜਿਹੜਾ ਹਰ ਕੋਈ ਬੰਦੇ ਨੂੰ ਟਾਈਮ ਵੀ ਚਾਹੀਦਾ, ਇਹ ਨਹੀਂ ਗਾ ਕਿ ਵੀ ਆ ਗਿਆ ਔਰ ਫਟਾਫਟ ਚਲਾ ਗਿਆ, ਹਰ ਇੱਕ ਬੰਦੇ ਨੂੰ ਇੱਕ ਪ੍ਰੋਪਰ ਅਟੈਂਸ਼ਨ ਦੀ ਜ਼ਰੂਰਤ ਹੁੰਦੀ। ਸੋ ਜਿਸ ਕਰਕੇ ਐਪਲੀਕੇਸ਼ਨ ਅਸੈਸ ਕਰਨ 'ਚ ਟਾਈਮ ਲੱਗਦਾ, ਕਿਉਂਕਿ ਇਹ ਇਕੱਲੇ ਕੇਸ ਨਹੀਂ ਹੈਗੇ, ਇਹ ਜ਼ਿੰਦਗੀਆਂ ਹੈ, ਇਹ ਲੋਕਾਂ ਦੀਆਂ ਜ਼ਿੰਦਗੀਆਂ, ਤੁਹਾਡੀਆਂ ਜ਼ਿੰਦਗੀਆਂ ਹੈ। ਸੋ ਇਹਨਾਂ ਨੂੰ ਜ਼ਿੰਦਗੀ ਦੀ ਤਰ੍ਹਾਂ ਟ੍ਰੀਟ ਕਰਨਾ ਜ਼ਰੂਰੀ ਹੈ, ਜੇਕਰ ਇਹ ਵਾਕਈ ਅਸੀਂ ਕਿਸੇ ਮੁਕਾਮ 'ਤੇ ਪਹੁੰਚ ਗਏ ਚਾਹੁੰਦੇ। ਜਿਹੜੀ ਗੁਰਿੰਦਰ ਜੀ ਨੇ ਗੱਲ ਕੀਤੀ ਕਿ ਸੈਮੀਨਾਰ ਹੋ ਰਿਹਾ, ਦੇ ਵਿੱਚ ਮੈਂ ਵਿਸ਼ੇਸ਼ ਤੌਰ 'ਤੇ ਤੁਹਾਨੂੰ ਰਿਕੁਐਸਟ ਕਰ ਰਿਹਾ, ਮੈਂ ਫਾਈਲ ਲਈ ਨਹੀਂ ਕਰ ਰਿਹਾ, ਤੁਹਾਡੀ ਇੱਛਾ ਹੈ ਫਾਈਲ ਦੇਣੀ ਨਹੀਂ ਦੇਣੀ, ਏਜੰਟ ਕਿਹੜਾ ਚੁਣਨਾ, ਜੋ ਤੁਹਾਨੂੰ ਸਹੀ ਲੱਗਦਾ ਉਹ ਚੁਣਨਾ। ਜਿਸ ਤਰ੍ਹਾਂ ਦੇ ਸੈਮੀਨਾਰ ਪੰਜਾਬ ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਵਿੱਚ ਸ਼ਿਰਕਤ ਜ਼ਰੂਰ ਕਰੋ, ਆਪਣੀ ਭਾਗੀਦਾਰੀ ਜ਼ਰੂਰ ਬਣਾਓ, ਡਿਟੇਲ ਲੈ ਕੇ ਆਓ, ਕੰਪੈਰੀਜ਼ਨ ਕਰੋ, ਕਿਹਨਾਂ ਦੀ ਨੌਲੇਜ ਜਿਹੜੀ ਸੀਗੀ, ਅਵੇਅਰਨੈਸ ਜਿਹੜੀ ਸੀਗੀ, ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਉਹ ਕਿੰਨੀ ਸਹੀ ਸੀਗੀ, ਉਸ ਤੋਂ ਬਾਅਦ ਆਪਣੀ ਫਾਈਲ ਲਾਓ। ਬਟ ਸੈਮੀਨਾਰਾਂ ਦੇ ਵਿੱਚ ਭਾਗੀਦਾਰੀ, ਹਿੱਸੇਦਾਰੀ, ਉਹਨਾਂ ਦੇ ਵਿੱਚ ਸ਼ਿਰਕਤ ਜ਼ਰੂਰ ਕਰੋ। ਇਹ ਨਾ ਹੋਵੇ ਕਿ ਹੋ ਸਕਦਾ ਤੁਹਾਨੂੰ ਉੱਥੋਂ ਸਹੀ ਜਾਣਕਾਰੀ ਮਿਲਣੀ ਸੀ, ਤੁਸੀਂ ਉਹ ਮਿਸ ਕਰਤਾ। ਮੇਰਾ ਕਦਾ ਹੀ ਇਸ ਤਰ੍ਹਾਂ ਦਾ ਕੋਈ ਮਨੋਰਥ ਨਹੀਂ ਕਿ ਅਸੀਂ ESS ਗਲੋਬਲ ਦੇ ਹੋਣ ਵਾਲੇ ਸੈਮੀਨਾਰਾਂ ਨੂੰ ਮੈਂ ਪ੍ਰਮੋਟ ਕਰ ਰਿਹਾ ਕਿ ਉੱਥੇ ਜਾਣਾ ਚਾਹੀਦਾ ਵਿਦਿਆਰਥੀ ਨੂੰ, ਅਤੇ ਫਾਈਲ ਦੇਣੀ ਹੈ, ਬਿਲਕੁਲ ਵੀ ਨਹੀਂ, ਇਹ ਤੁਹਾਡੀ ਇੱਛਾ ਹੈ। ਬਟ ਸੈਮੀਨਾਰਾਂ ਵਿੱਚ ਸ਼ਿਰਕਤ ਜ਼ਰੂਰ ਕਰੋ, ਕਿਉਂਕਿ ਵਿਦੇਸ਼ਾਂ ਤੋਂ ਜਦੋਂ ਕੋਈ ਡੈਲੀਗੇਟਸ ਚੱਲ ਕੇ ਆ ਰਹੇ ਨੇ, ਵਕੀਲ ਆ ਰਹੇ ਨੇ, ਕੁਛ ਨਾ ਕੁਛ ਤੁਹਾਨੂੰ ਕਿਤੇ ਨਾ ਕਿਤੇ ਲਾਹਾ ਜ਼ਰੂਰ ਮਿਲ ਸਕਦਾ। ਵੱਖ ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਹੋ ਰਹੇ ਨੇ, ਸ਼ਿਰਕਤ ਜ਼ਰੂਰ ਕਰੋ। ਅਗਲਾ ਟੌਪਿਕ ਜਿਹੜਾ ਹੈਗਾ ਉਹ ਇਹ ਹੈ ਕਿ ਸਟੇਬਿਲਟੀ ਨੂੰ ਲੈ ਕੇ
एजुकेशन लै के अज तक असी न्यूजीलैंड बहुत व्डे पद्धर से इस तरह सल्यूट करते आए हैं कि उत्थे किसी भी विद्यार्थी कोई दिक्कत नहीं, बट परदे पिछे ड्यूरिंग द जड़िया उतों फेरिया हुई उन्होंने भी असी देखिया डिस्कशनस होंगे ऑफ द रिकॉर्ड असी हमेशा ही यही गल करते रहने जो शो रिकॉर्ड करना उस तो पहला या बाद की हो रहा है। हूँ जरा उ एक तब्दीली आई है, बदलाव आया, एक नवा पंजाब हड़ लेके आऊगा। सो उस हड़ कुछ तैरनगे तो कुछ डुबणगे। तैरनगे कौन, डुबणगे कौन, एक बहुत वड्डा सवाल जिहड़ा खड़ा कीता नवे आई पी प्रोग्राम ने इहदे बारे भी चर्चा करते हैं। थोड़ा की लगता कि एक जो आस्ट्रेलिया ने किया उत्थे धोखाधड़ियां हुई, कॉन्ट्रैक्ट मैरिजेज हुई, होर बहुत सारे सवाल सके जिन्हें करके नवा एस बी पी लैके आने की लोड़ पई। जो कि दूजा पासा असी देखते हैं कि उत्थे उन्होंने रूल एंड रेगुलेशन दे विच उन्होंने कानून दे विच किसी तरह की ऐसी कोई मोरी नहीं सी कि चोर मोरी करके विद्यार्थी उत्थे पहुँच जाए, सवाए जिहड़ा हुण एक सिस्टम शुरू होया सी विदाउट आइल्स जिहड़ी चीटिंग शुरू हुई सी, फिर भी की लोड़ पई है आई पी पी नूं लैके आउण दी। देखो ये जिहड़ा इंटरनेशनल एजुकेशन की गल कर लिए, इंटरनेशनल स्टूडेंट्स की कर लिए, ये बहुत वड्डा बहुत ही वड्डा रेवेन्यू जनरेटर होंदा किसी भी कंट्री वास्ते। काफ़ी कंट्रिया दे विच फर्स्ट लार्जेस्ट इंडस्ट्री है, कई सैकेंड लार्जेस्ट इंडस्ट्री है, कई थर्ड लार्जेस्ट इंडस्ट्री है इन टर्म्स ऑफ गेटिंग द रेवेन्यू। आप रेवेन्यू की गल दे उत्ते आए ने कि भी रेवेन्यू बड़े तरीके दा होंदा, बड़े तरीकों दे विच जांदा है। जिदा असी काफ़ी लोग कहिंदे जी अही टैक्स नहीं देंदे, बट वह सवेर तो शाम तक जिन्हां भी चीज़ां यूज़ कर रहे वो हर दे उत्ते टैक्स दे रहे, बिल्कुल होंदा ठीक है जी। उस तरीके जो स्टूडेंट इतों बहर पढ़न लई जा रहे तो वह भी बड़े तरीके दे टैक्सेस दे रहा, चाहे वह खाण पीन वाली चीज़ है, चाहे वह किसी तरीके की है, चाहे वह काम करके टैक्स तो शुरू हो जाता जी, बैग खरीदण तो शुरू हो जाता है, ठीक है। जो फीस दे रहा जिन्हों इंस्टीट्यूट में फीस जा रही है वह भी अगे रेवेन्यू दे रही है। सो इस तरीके छोटा 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 छोटा, छोटा चंक इकट्ठा करके एक बहुत वड्डा रेवेन्यू बनता है। जदों लखां स्टूडेंट्स की गल होंदी है थ्रू आउट द ग्लोब गल होंदी है, असीं तो सिर्फ पंजाब की गल कर रहे जी, 5000 चल जू, 4000 चल जू, 20000 चल जू। सोचो इंडिया बारे यार, 20000 बच्चा जाऊगा, 40 जाऊगा, फिर सोचो जरा पूरे वर्ल्ड तो किन्ना होगा उस कंट्री दे विच। देन रेवेन्यू बारे सोचो, देन समझ आ जाऊगी कि भी आह वाली चीज़ शुरू हुई है ये क्यों हुई है, कंट्रोल्ड क्यों होंदी है, बंद नहीं होंदा, कंट्रोल्ड हो जाती है एक पर्टिकुलर मार्केट के उत्ते, जिवें आस्ट्रेलिया का नेपाल के उत्ते इस वेले होया, आने वाले टाइम पंजाब ते भी होना है। सो वो वाली चीज़ है, वो एक मार्केट को कहें यार आह गंदा कर रही है ना तालाब, आह बंद कर दे, आप होर मार्केट पर कॉन्सनट्रेट करते हैं। चाइना बहुत वड्डी मार्केट है, बांग्लादेश बहुत वड्डी मार्केट है, इंडिया के होर बथेरे पार्ट्स के विच बहुत वड्डी मार्केट है। सो वो चीज़ है कि सिस्टम अब्यूज़ नहीं होना, क्योंकि बहुत सीनियर लोगों ने जिहड़े एक्सपीरियंस लोगों ने पॉलिसीज बनाते हैं साल की रिसर्च करके, वखरियां वखरियां कंट्रियां दे एजुकेशन सिस्टम सीख के समझ के उन्हां दी गलतियां तो समझ के अपनी कंट्री वास्ते, तो जो उन्होंने कंट्री फिर वही थ्रैट आने लगता वो इमीडिएटली एक्शन लेंदे कि आप वाली एक स्टेट करके एक कंट्री करके पूरा सिस्टम नहीं खराब करना। सो रेवेन्यू जनरेटर है, जिस करके हर एक कंट्री कोशिश करती है कि आप इंटरनेशनल स्टूडेंट्स को अट्रैक्ट करिए। पॉलिसीज बनती हैं कि साडियां ये रिक्वायरमेंट है, आ रिक्वायरमेंट का बच्चा भेजोगे सानू कोई दिक्कत नहीं। अगला पड़ाव आ जाता इंस्टीट्यूट्स का, इंस्टीट्यूट्स करते हैं कि यार वो सरकारी है, वह गैर सरकारी है, वह प्राइवेट है, वह सैमी गवर्नमेंट है, उरे कोल बच्चे बहुत ज़्यादा आ रहे, बट मेरी ये सिचुएशन टाइट है, मैनू करना है। जिहड़े उन्होंने इंटरनेशनल ऑफिसर होंगे किसी वेले उन्होंने भी टारगेट दे दिए जाते, इस कंट्री चो इन्ने बच्चे चाहिए, इस कंट्री चो इन्ने बच्चे चाहिए, वो थोड़ा जिहा पॉलिसीज़ दे विच रणबीर जी ये वो ढिल वरत जाते हैं। एग्जाम्पल कैनेडा की लैना चाहूँगा कि जे मैं वैसे गल कर ला, 6 बैंड ओवरऑल नॉट लैस दैन 5.5 इंच, 12वीं तो बाद जे ग्रैजुएट है कि 6.5 ओवरऑल नॉट लैस दैन 6 इंच। काफ़ी इंस्टीट्यूट है कि भी जे बच्चे के 5.5 ओवरऑल है या 6 ओवरऑल है फिर भी मास्टर डिग्री लै लेंगे या पोस्ट ग्रैजुएट डिप्लोमे लै लेंगे, जे 12वीं तो बाद 1 चो 5 फिर भी लै लेंगे। नतीजा ये निकलता 100 एप्लीकेशन अप्लाई हो रही है, 10 वीजा लगता, 90 रिजेक्शन, दोबारा इतने न्यूजीलैंड से आ जाओ। इस तरीके एक ढिल वरती गई है, अज भी है विदाउट आयल्स की, कि भी विदाउट आयल्स भी तुम साडे मुल्क आके पढ़ सकते हो, बच्चों के वीजे लगते हैं और साढ़े को लगे है। पंजाब चो बहुत बच्चा विदाउट आयल्स गया है। एक चीज़ और देखने वाली है कॉमन चीज़ कि वो सारे बच्चों के वीजे रिजेक्ट हो गए जिन्हें इंटरव्यू का फोन आया बट इंग्लिश बोल नहीं पाए। सो इंग्लिश आनी जरूरी है, आयल्स जरूरी नहीं, इंग्लिश आनी जरूरी है। जो इंग्लिश आ रही है, इंग्लिश बोल सकते हो, पढ़ सकते हो, समझ सकते हो, क्यों, क्योंकि उत्थे जाके इंग्लिश पढ़ाई करनी है, दैन कोई भी समस्या नहीं है वीज़ा लैन। अज जिहड़ा प्रोग्राम चालू है कितना कितने एस वी पी नूं काफ़ी हद तक समेट लिता गया कि भी स्टूडेंट अज जेकर एप्लीकेशन अपनी दर्ज करता है
ਉਹਨੂੰ ਅੰਬੈਸੀ ਦੇ ਵਿੱਚ ਕੀ ਡਾਕੂਮੈਂਟ ਦੇਣੇ ਆ ਅਤੇ ਯੂਨੀਵਰਸਿਟੀ ਨੂੰ ਕੀ ਦੇਣੇ ਉਹਦੇ ਬਾਰੇ ਚਰਚਾ ਕਰ ਲੈਂਦੇ ਹਾਂ। ਸੋ ਜਿਹਦੇ ਵੀ ਸਟੂਡੈਂਟ ਡਿਪਲੋਮਿਆਂ ਦੇ ਵਿੱਚ ਇੰਟਰਸਟਿਡ ਹੈ ਕਿ ਯਾਰ ਮੈਂ ਸਿਰਫ ਡਿਪਲੋਮਾ ਕਰਨਾ, ਡਿਗਰੀ ਮੈਂ ਨਹੀਂ ਕਰਨੀ ਚਾਹੁੰਦਾ, ਦੋ ਸਾਲ ਦਾ ਕਿ ਜੀ ਮੈਂ ਡਿਪਲੋਮਾ ਕਰਨਾ ਚਾਹੁੰਦਾ, ਮੈਂ ਡਿਗਰੀ 'ਚ ਪੈਸੇ ਨਹੀਂ ਖਰਚਣਾ ਚਾਹੁੰਦਾ, ਜਾਂ ਆਸਟ੍ਰੇਲੀਆ ਦੀ ਐਜੂਕੇਸ਼ਨ ਬਹੁਤ ਮਹਿੰਗੀ ਹੈ ਜੀ, ਮੈਂ ਇਹਨੇ ਪੈਸੇ ਨਹੀਂ ਅਫੋਰਡ ਕਰ ਸਕਦਾ, ਮੈਨੂੰ ਵਧੀਆ ਐਜੂਕੇਸ਼ਨ ਚਾਹੀਦੀ ਹੈ, ਡਿਪਲੋਮਾ ਚਾਹੀਦਾ, ਨਾਲ ਮੈਨੂੰ ਅੱਗੇ ਪੀ ਆਰ ਦੀਆਂ ਓਪਰਚੁਨਿਟੀਜ਼ ਵੀ ਅਵੇਲੇਬਿਲਿਟੀ ਚਾਹੀਦੀ ਹੈ। ਬਟ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਕਿ ਵੀ ਸਾਲ ਤੋਂ ਜ਼ਿਆਦਾ ਗੈਪ ਨਹੀਂ ਹੋਣਾ ਚਾਹੀਦਾ, ਜੇ ਗੈਪ ਹੈ ਬੰਦਾ ਕੀ ਕਰ ਰਿਹਾ, ਕਿ ਇੰਨੀ ਦੇਰ ਤੋਂ ਪੜ੍ਹਾਈ ਕਿਉਂ ਨਹੀਂ ਕੀਤੀ। ਆਇਲਸ ਜੇ ਨਹੀਂ ਕੀਤੀ ਇੰਗਲਿਸ਼ ਬੋਲਦਾ ਹੋਣਾ ਚਾਹੀਦਾ ਗਾ। ਆਇਲਸ ਹੈਗੀ ਹੈ 5.5 ਬੈਂਡ ਓਵਰਆਲ ਹੈ, ਉਹ ਵੀ ਠੀਕ ਹੈ, ਕੋਈ ਸਮੱਸਿਆ ਨਹੀਂ ਹੈ, ਕਿ ਰਿਕੁਆਇਰਮੈਂਟ ਆਸਟ੍ਰੇਲੀਆ ਜਿੱਡੀਆਂ ਹੀ ਹੈ ਨਿਊਜ਼ੀਲੈਂਡ ਦੀਆਂ। ਜਿਹੜਾ ਹੈ ਇੰਸਟੀਟਿਊਟਸ ਹੈ, ਉਹ 'ਚ ਇੱਕ ਕੋਰ ਸਿਲੈਕਸ਼ਨ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਦੇ ਬਾਅਦ 'ਚ ਜਦੋਂ ਵਰਕ ਪਰਮਿਟ ਮਿਲਣਾ ਐਂਡ ਪੀ ਆਰ ਲਈ ਅਪਲਾਈ ਕਰਨਾ ਹੈ, ਜਿਹੜਾ ਉੱਥੇ ਚੈਲੇਂਜ ਆਉਣਾ ਕਿ ਜੀ ਮੈਨੂੰ $40,000 ਦੀ ਜੋਬ ਚਾਹੀਦੀ ਹੈ, ਮੈਨੂੰ 50,000 ਜਾਂ 55,000 ਡਾਲਰ ਦੀ ਚਾਹੀਦੀ ਹੈ, ਉਹ ਮਿਲੇਗੀ ਕਿ ਨਹੀਂ ਮਿਲੇਗੀ, ਉਹਦੀ ਡਿਪੈਂਡੈਂਸੀ ਹੋਏਗੀ ਕਿ ਵੀ ਜਿਹੜਾ ਕੋਰਸ ਤੁਸੀਂ ਇੱਥੇ ਅੱਜ ਸਿਲੈਕਟ ਕਰਕੇ ਜਾ ਰਹੇ ਹੋ ਆਪਣੀ ਪ੍ਰੀਵੀਅਸ ਸਟੱਡੀਜ਼ ਦੇ ਨਾਲ, ਉੱਥੇ ਜਾ ਕੇ ਜੋ ਕਰਨਾ ਉਹਨੇ ਤੁਹਾਨੂੰ ਲੀਗਲ ਜਾਂ ਇਲੀਗਲ ਸਾਬਤ ਕਰਨਾ ਕਿ ਇਹ ਜੋ ਕਹਿ ਕੇ ਆਇਆ ਸੀ ਇਹਨੇ ਪੜ੍ਹਿਆ ਜਾਂ ਨਹੀਂ ਪੜ੍ਹਿਆ, ਕੰਮ ਕੀਤਾ ਜਾਂ ਨਹੀਂ ਕੀਤਾ, ਜ਼ਿਆਦਾ ਤਾਂ ਨਹੀਂ ਅਬਿਊਜ਼ ਤਾਂ ਨਹੀਂ ਕੀਤਾ, ਇਹਦਾ ਅੱਗੇ ਵੀਜ਼ਾ ਵਧਣਾ ਵੀ ਚਾਹੀਦਾ ਕਿ ਨਹੀਂ ਵਧਣਾ ਚਾਹੀਦਾ, ਬਟ ਥੋੜ੍ਹਾ ਜਿਹਾ ਵਧੀਆ ਤਰੀਕੇ ਹੋਰ ਦੇਖ ਲਓ ਤਰੀਕੇ ਦੇ ਨਾਲ। ਆਹ ਵਾਲੇ ਪੁਆਇੰਟ ਤੋਂ ਜੇਕਰ ਪਿੱਛੇ ਜਦੋਂ ਇੱਥੋਂ ਜਾ ਰਹੇ ਹੋ, ਕੋਰਸ ਸਿਲੈਕਸ਼ਨ ਤੁਹਾਨੂੰ ਇਫੈਕਟ ਕਰੇਗੀ ਕਿ ਕਿਹੜਾ ਕੋਰਸ ਕੀਤਾ ਉੱਥੇ ਜਾ ਕੇ ਉਹਨਾਂ ਨਾਲ ਰਿਲੇਟਡ, ਅਤੇ ਉਹਦੇ ਬਾਅਦ 'ਚ ਉਸ ਏਰੀਏ ਜੋਬ ਓਪਰਚੁਨਿਟੀ ਉਹ ਸਬਜੈਕਟਸ ਨੂੰ ਲੈ ਕੇ ਕੀ ਗਿਆ, ਉਹ ਪੀ ਆਰ ਦਵਾਊਗੀ। ਸੋ ਜਿਹਦੇ ਡਾਕੂਮੈਂਟ ਦੀ ਗੱਲ ਕਰ ਰਹੇ, ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਉੱਥੇ ਉਹਦੇ ਵਿੱਚ ਭੇਜਣੀ ਹੈ ਐਡਮਿਸ਼ਨ ਵਾਸਤੇ, ਤੁਹਾਡੇ ਸਾਰੇ ਐਜੂਕੇਸ਼ਨ ਡਾਕੂਮੈਂਟ, ਤੁਹਾਡਾ ਪਰੂਫ ਆਫ ਇਨਕਮ, ਤੁਹਾਡੇ ਫੰਡਸ, A to Z ਸਾਰੀਆਂ ਚੀਜ਼ਾਂ ਉਹ ਵੈਰੀਫਾਈ ਕਰ ਲੈਣੀਆਂ ਹੈਗੀਆਂ ਮੈਂ ਨਿਊਜ਼ੀਲੈਂਡ ਇੰਸਟੀਟਿਊਟ ਨੇ, ਜਿਹੜੇ ਕਿ ਇਹਨਾਂ ਦੀ ਲਿਸਟ ਦੇ ਵਿੱਚ ਆਉਂਦੇ ਨੇ। ਜਦੋਂ ਉੱਥੋਂ ਇੱਕ ਲੈਟਰ ਆ ਗਈ, ਇੱਥੇ ਅਸੀਂ ਪਾਸਪੋਰਟ, ਤੁਹਾਡੀ ਇਹ ਜਿਹੜੀ ਯੂਨੀਵਰਸਿਟੀ ਕਾਲਜ ਤੋਂ ਲੈਟਰ ਆਈ ਹੋਈ ਹੈ, ਇੱਥੇ ਜਮ੍ਹਾਂ ਜਦੋਂ ਅੰਬੈਸੀ ਦੇ ਵਿੱਚ ਕਰਾਉਂਦੇ ਹਾਂ, ਤਾਂ ਸਿੱਧਾ ਹੀ ਤੁਹਾਡਾ ਵੀਜ਼ਾ ਅਪਰੂਵਲ ਆ ਜਾਂਦਾ ਹੈਗਾ। ਸੋ ਇੱਥੇ ਸਾਨੂੰ ਕੋਈ ਵੀ ਡਾਕੂਮੈਂਟੇਸ਼ਨ ਲਗਾਉਣ ਦੀ ਜ਼ਰੂਰਤ ਨਹੀਂ ਹੈ, ਜਿਹੜਾ ਇਹਨਾਂ ਦਾ ਕੰਮ ਹੈ ਉਹ ਸਾਰੀ ਦੀ ਸਾਰੀ ਕੰਪਲਾਇੰਸ ਉਹ ਦੇ ਦਿੱਤੀ ਗਈ ਹੈ ਉੱਥੇ ਕਾਲਜਿਸ ਐਂਡ ਇੰਸਟੀਟਿਊਟਸ ਨੂੰ, ਨਿਊਜ਼ੀਲੈਂਡ ਮਾਡਲ ਜਿਹੜਾ ਥਿਊਰੀ ਉਹਨਾਂ ਦੀ ਚੱਕ ਲਈ ਹੈ, ਦੈਟਸ ਰਾਈਟ। ਬਟ ਉਹ ਜਿਹੜੀਆਂ ਆਸਟ੍ਰੇਲੀਆ ਵਾਲੀ ਚੱਕ ਲਈ ਕਾਫੀ, ਬਟ ਉਹਦੇ ਵਿੱਚ ਹੈਗਾ ਕਿ ਜਿਹਦੇ ਜਿਹਦੇ ਉਹ ਪੁਆਇੰਟ ਸੀ ਕਿ ਯਾਰ ਇਹ ਗ੍ਰੇ ਏਰੀਆਜ਼ ਹੈ, ਇਹ ਸਿਸਟਮ ਅਬਿਊਜ਼ ਹੁੰਦਾ, ਉਹਨੂੰ ਕੰਟਰੋਲ ਕਰ ਦਿੱਤਾ ਗਿਆ। FTAs ਐਂਡ ਨੋਨ FTAs ਉਹ ਐਜ਼ ਇਟ ਇਜ਼ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਚੇਂਜਿਸ ਜ਼ਰੂਰ ਹੋਣਗੀਆਂ। ਬਟ ਇੱਕ ਉਹ ਗੱਲ ਹੋ ਗਈ ਹੈ ਕਿ ਵੀ ਜਿਹਦੇ ਬੰਦਾ ਡਰਦਾ ਸੀ ਯਾਰ ਮੈਂ ਅੱਜ ਪੈਸੇ ਪਵਾ ਦਾਂ, ਪਤਾ ਨਹੀਂ 6 ਮਹੀਨੇ ਬਾਅਦ ਵੀਜ਼ਾ ਲੱਗੇਗਾ ਕਿ ਨਹੀਂ ਲੱਗੇਗਾ, ਜਿਹੜੀ ਐਡਮਿਸ਼ਨ ਆ ਗਈ ਔਰ ਅੱਜ ਵੀ ਜੇ ਨੋਨ FTAs ਕਰਨਾ ਚਾਹੁੰਦਾ ਕਿ ਪੈਸੇ ਪਾ ਕੇ 6 ਮਹੀਨੇ ਬਾਅਦ ਅਪਲਾਈ ਕਰਨਾ ਚਾਹੁੰਦਾ, ਉਹ ਵੀ ਕਰ ਸਕਦਾ ਹੈਗਾ, ਨਵੀਂ ਆਪਸ਼ਨ, ਦੈਟਸ ਰਾਈਟ। ਸੋ ਉਹਦੇ ਵਿੱਚ ਕਾਫੀ ਜ਼ਿਆਦਾ ਆਪਸ਼ਨਸ ਹੈ ਨਿਊਜ਼ੀਲੈਂਡ ਨੂੰ ਲੈ ਕੇ, ਜਿਹੜਾ ਬੰਦਾ ਵੀ ਅਪਲਾਈ ਕਰਨਾ ਚਾਹੁੰਦਾ ਹੈ ਲਿਖੇ ਹੋਏ ਨੰਬਰ ਦੇ ਉੱਤੇ ਕਾਲ ਕਰਨ ਐਂਡ ਅਪੁਆਇੰਟਮੈਂਟ ਬੁੱਕ ਕਰਕੇ ਉਹ ਆ ਸਕਦਾ ਹੈ। ਆਸਟ੍ਰੇਲੀਆ ਬਾਰੇ ਜਿੱਦਾਂ ਕਿ ਮੈਂ ਦੱਸਿਆ ਸੀ ਕਿ ਸੈਮੀਨਾਰਸ ਚੱਲ ਰਹੇ ਹੈਗੇ ਨੇ ਮੋਫਿਟ, ਜਿਹੜੇ ਕਿ ESS ਗਲੋਬਲ ਦੇ ਬੋਰਡ ਦੇ ਉੱਤੇ ਐਜ਼ ਏ ਬਤੌਰ ਮਾਰਾ ਏਜੰਟ ਕੰਮ ਕਰ ਰਹੇ ਨੇ ਉਹ। ਜੇਕਰ ਉਹਨਾਂ ਦੇ ਨਾਲ ਕੋਈ ਵੀ ਸਟੂਡੈਂਟ ਤੁਹਾਡਾ ਵੀਜ਼ਾ ਪੁਰਾਣਾ ਰਿਜੈਕਟ ਹੋਇਆ, ਤੁਸੀਂ ਦੁਬਾਰਾ ਪੜ੍ਹਨ ਲਈ ਜਾਣਾ ਚਾਹੁੰਦੇ ਹੈਗੇ ਹੋ, ਤੁਸੀਂ ਉੱਥੇ ਆਸਟ੍ਰੇਲੀਆ ਦੇ ਵਿੱਚ ਗਏ ਸੀ, ਕਿਸੇ ਵੀ ਕਾਰਨ ਨਾ ਹੋ ਗਈ, ਵੀਜ਼ਾ ਨਹੀਂ ਵਧਿਆ, MRT ਤੱਕ ਉਹ ਜਿਹੜੀ ਹੈਗੀ ਹੈ ਨਾ ਹੋ ਗਈ ਹੈ, ਇੰਪਲੋਇਰ ਸਪੋਂਸਰ ਲਈ ਸੀ ਉਹਨੂੰ ਨਾ ਹੋ ਗਈ ਹੈ, RSMS ਜਿਹੜੀ ਹੈਗੀ ਹੈ ਅਪਲਾਈ ਕੀਤੀ ਸੀ ਰੀਜਨਲ ਸਪੋਂਸਰਸ਼ਿਪ ਉਹਨੂੰ ਨਾ ਹੋ ਗਈ ਹੈ, ਦੁਬਾਰਾ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਐਪਲੀਕੇਸ਼ਨ ਤੁਹਾਡੇ ਨਾਲ ਏਜੰਟ ਵੱਲੋਂ ਗਲਤ ਕੀਤਾ ਗਿਆ ਜਾਂ ਐਕਚੁਅਲ 'ਚ ਗਲਤ ਕੀਤਾ ਹੋ ਗਿਆ ਵੈ, ਅੱਗੇ ਆਪਸ਼ਨ ਨਹੀਂ ਲੱਭ ਰਹੀ ਗਈ ਕਿ ਕੋਈ ਵੀ ਬੰਦਾ ਇੱਥੇ, ਇਹ ਨਹੀਂ ਹੈ ਕਿ ਜਿਹੜਾ ਸੀਰੀਅਸ ਤਰੀਕੇ ਦੇ ਨਾਲ ਜਿਸ ਪੱਧਰ ਦੇ ਉੱਤੇ ਸਟੂਡੈਂਟ ਵੀਜ਼ਾ ਪ੍ਰਮੋਟ ਕੀਤਾ ਜਾਂਦਾ ਇਸ ਤਰੀਕੇ ਦੇ ਨਾਲ ਕਿ ਕੋਈ PR ਜਾਂ ਕੋਈ ਇਸ ਤਰੀਕੇ ਦੀ ਸਪੈਸ਼ਲਾਈਜੇਸ਼ਨ ਨਹੀਂ ਹੈ, ਸੋ ਉਹ ਸਾਰੀਆਂ ਚੀਜ਼ਾਂ ਦਾ ਹੱਲ ਨਿਕਲ ਸਕਦਾ। ਕਮ ਐਂਡ ਮੀਟ ਮੋਫਿਟ ਜੀ ਨੂੰ ਡਿਊਰਿੰਗ ਦ ਸੈਮੀਨਾਰਸ, ਹੁਣ ਅੱਗੇ ਚੱਲ ਰਹੇ ਗਏ ਲੁਧਿਆਣਾ ਦੇ ਵਿੱਚ, ਲੁਧਿਆਣੇ ਹੈ, ਪਰਸੋਂ ਜਲੰਧਰ ਅਤੇ 12 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ। ਆਪਣਾ ਫੋਨ ਚੱਕ ਕੇ ਹੁਣੇ ਅਪੁਆਇੰਟਮੈਂਟ ਬੁੱਕ ਕਰੋ ਐਂਡ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਮੈਂ ਆਪ ਸਾਰੇ ਸੈਮੀਨਾਰਸ ਦੇ ਵਿੱਚ ਮੌਜੂਦ ਹੋਵਾਂਗਾ ਐਂਡ ਤੁਹਾਡੇ ਰੂਬਰੂ ਹੋਵਾਂਗਾ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਦਰਸ਼ਕਾਂ ਲਈ। ਦੋ ਚੀਜ਼ਾਂ ਆਪਣੇ ਵੱਲੋਂ ਸਾਂਝੀ ਕਰਨੀ ਚਾਹੂੰਗਾ, ਐਵੇਂ ਦੀ ਲਿਸਟ ਖਤਮ ਹੋ ਗਈ ਸੀ, ਬਹੁਤ ਸਾਰੇ ਵਿਦਿਆਰਥੀਆਂ ਦੇ ਸਵਾਲ ਹੁੰਦੇ ਸੀ ਜੀ ਹੁਣ ਕਿਹੜੀ ਲਿਸਟ ਹੈ, ਠੀਕ ਹੈ ਉਸ ਪੱਧਰ ਦੀਆਂ ਲਿਸਟਾਂ, ਉਸ ਪੱਧਰ ਦੇ ਕੋਰਸਿਸ, ਉਸ ਪੱਧਰ ਦੀਆਂ ਪੋਲਿਸਿਸ ਨਹੀਂ, ਬਟ CSOL ਲਿਸਟ ਅੱਜ ਵੀ ਹੈ, ਨੈੱਟ 'ਤੇ ਚੈੱਕ ਕਰ ਸਕਦੇ ਹੋ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਕੀ ਅਵੇਲੇਬਲਸ ਨੇ। IT ਨੂੰ ਲੈ ਕੇ, ਬਿਜ਼ਨਸ ਨੂੰ ਲੈ ਕੇ, ਡਿਪਲੋਮੇ ਤੋਂ ਬਾਅਦ PR ਜਿਹੜੀ ਹੈ ਬਹੁਤ ਖਤਰਨਾਕ ਹੈ, ਡਿਗਰੀ ਤੋਂ ਬਾਅਦ ਇਹਨਾਂ ਕੋਰਸਿਸ ਦੇ ਵਿੱਚ ਹੋ ਸਕਦੀ ਹੈ, ਖਾਸ ਤੌਰ 'ਤੇ ਇਹਨਾਂ ਦੋ ਕੋਰਸਿਸ ਦੀ ਗੱਲ ਕੀਤੀ ਗਈ ਹੈ CSOL ਲਿਸਟ ਦੇ ਵਿੱਚ। ਦੂਜਾ ਜਿਹੜਾ ਗੁਰਿੰਦਰ ਜੀ ਨੇ ਗੱਲ ਕੀਤੀ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਆਇਲਸ ਦੀ ਨਹੀਂ ਇੰਗਲਿਸ਼ ਦੀ ਜ਼ਰੂਰਤ ਹੈ, ਉਸ ਚੀਜ਼ ਨਾਲ ਇੱਕ ਚੀਜ਼ ਜੋੜਨੀ ਚਾਹੂੰਗਾ, ਆਇਲਸ ਦੇਣ ਨਾਲੋਂ ਇੰਟਰਵਿਊ ਇਜ਼ ਬੈਟਰ ਦੈਨ, ਕਿਉਂਕਿ ਇਹਦੇ ਵਿੱਚ ਦੋ ਹੀ ਮਡਿਊਲ ਰਹਿਣਗੇ ਗੁਰਿੰਦਰ ਜੀ, ਸੁਣਨਾ ਅਤੇ ਬੋਲਣਾ। ਜਦੋਂ
ਆਇਲਸ ਤੋਂ ਘੱਟ ਡਰਦੇ ਅੱਧਾ ਕੰਮ ਰਹਿ ਜਾਂਦਾ ਤੁਹਾਡਾ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਇੰਟਰਵਿਊ ਦਿੰਦੇ ਸੁਚੱਜੇ ਢੰਗ ਦੇ ਨਾਲ ਦਿਓ ਸੁਹਿਰਦਤਾ ਦੇ ਨਾਲ ਦਿਓ ਵਿਦੇਸ਼ਾਂ ਦੇ ਵਿੱਚ ਜਾਣ ਲਈ ਅੱਜ ਸਭ ਤੋਂ ਸੌਖੇ ਸਰਲ ਅਤੇ ਵਧੀਆ ਕਾਨੂੰਨ ਬਣੇ ਲੀਗਲ ਤਰੀਕੇ ਇਹਨਾਂ ਦੀ ਪਾਲਣਾ ਕਰੋ ਨਹੀਂ ਤਾਂ ਆਉਣ ਵਾਲਾ ਸਮਾਂ ਦੂਰ ਨਹੀਂ ਕਿਉਂਕਿ ਸਾਡੇ ਤੋਂ ਨੇਪਾਲ ਵੀ ਬਹੁਤਾ ਦੂਰ ਨਹੀਂ ਹੈਗਾ ਸੋ ਫਿਰ ਮਿਲਾਂਗੇ ਅਗਲੇ ਸ਼ੋਅ ਦੇ ਵਿੱਚ ESS ਗਲੋਬਲ ਵੱਲੋਂ ਮੋਫਿਡ ਜਿਨ੍ਹਾਂ ਨੂੰ ਸੱਦਾ ਦੇਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਵਿੱਚ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਮੈਂ ਗੁਰਿੰਦਰ ਭੱਟੀ ਅਤੇ ਇੱਕ ਵਾਰੀ ਫਿਰ ਮੋਫਿਡ ਜੀ ਦੇ ਨਾਲ ਸਾਂਝੇ ਕਰਾਂਗੇ ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਦੀਪ ਸਿੰਘ ਗੁਰਦਾਸਪੁਰ ਤੋਂ ਮੇਰੇ ਫਰੈਂਡ ਨੇ ਮੈਨੂੰ ਬਹੁਤ ਵਾਰੀ ਸੁਜੈਸਟ ਕੀਤਾ ਸੀ ਕਿ ਮੈਂ ਗੁਰਿੰਦਰ ਸਰ ਕੋਲ ਫਾਈਲ ਲਵਾਵਾਂ ਮੇਰਾ ਸੁਪਨਾ ਸੀਗਾ ਆਸਟ੍ਰੇਲੀਆ ਜਾਵਾਂ ਅਤੇ ਇੱਕ ਸਕਸੈਸਫੁਲ ਬਿਜ਼ਨਸਮੈਨ ਪਰਸਨ ਬਣਾ ਅਤੇ ਬਿਜ਼ਨਸ ਦੀ ਸਟੱਡੀ ਕਰਾਂ ਮੇਰੇ ਫਰੈਂਡ ਨੇ ਮੈਨੂੰ ਬਹੁਤ ਵਾਰ ਸੁਜੈਸਟ ਕੀਤਾ ਅਤੇ ਮੈਂ ਇਹਨਾਂ ਦੇ ਆਫਿਸ ਆਇਆ ਮੈਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ ਗਈ ਰਾਹੀ ਸਰ ਵੱਲੋਂ ਗੁਰਿੰਦਰ ਭੱਟੀ ਸਰ ਵੱਲੋਂ ਅਤੇ ਰਚਨਾ ਮੈਮ ਵੱਲੋਂ ਅਤੇ ਅੱਜ ਮੇਰਾ ਵੀਜ਼ਾ ਗਰਾਂਟਡ ਹੋਇਆ ਹੈ ਆਸਟ੍ਰੇਲੀਆ ਹਾਈ ਕਮਿਸ਼ਨ ਵੱਲੋਂ ਅਤੇ ਮੈਨੂੰ ਮੈਂ ਬਹੁਤ ਬਹੁਤ ਗੁਰਿੰਦਰ ਸਰ ਦਾ ਭੱਟੀ ਸਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕਸ ਲੋਟ ਕੀ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਕੀ ਤੁਸੀਂ ਸਟੂਡੈਂਟ ਤੌਰ 'ਤੇ ਪੜ੍ਹਨ ਲਈ ਜਾਣਾ ਚਾਹੁੰਦੇ ਹੋ ਜਾਂ ਫਿਰ ਪੱਕੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਜਾਂ ਫਿਰ ਆਪਣਾ ਕਾਰੋਬਾਰ ਉੱਥੇ ਸੈਟਲ ਕਰਨਾ ਚਾਹੁੰਦੇ ਕੀ ਤੁਸੀਂ ਕਦੇ ਪਹਿਲੇ ਵੀ ਆਸਟ੍ਰੇਲੀਆ ਜਾ ਚੁੱਕੇ ਹੋ ਕਿਸੇ ਵੀ ਕਾਰਨ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਗਈ ਤੁਹਾਡਾ ਕੇਸ MRT ਤੱਕ ਪਹੁੰਚ ਕੇ ਰਿਜੈਕਟ ਹੋ ਗਿਆ ਤੁਸੀਂ ਪੜ੍ਹਾਈ ਲਈ ਗਏ ਸੀ ਕਾਲਜ ਬੰਦ ਹੋ ਗਏ ਕਿਸੇ ਵੀ ਕਾਰਨ ਤੁਹਾਨੂੰ ਵਾਪਸ ਆਉਣਾ ਪਿਆ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੋਫਿਡ ਆਸਟ੍ਰੇਲੀਆ ਤੋਂ ਜੋ ਕਿ ਸੀਨੀਅਰ ਮਾਰਾ ਏਜੰਟ ਆਪ ਮਾਈਗ੍ਰੇਟ ਟੂ ਆਸਟ੍ਰੇਲੀਆ ਸੈਮੀਨਾਰ ਕਰਨ ਲਈ ਆ ਰਹੇ ਨੇ ਸੋ ਆਪਣੇ ਕਾਗਜ਼ਾਤ ਚੱਕ ਕੇ ਅੱਜ ਹੀ ਅਪੁਆਇੰਟਮੈਂਟ ਲਈ ਕਾਲ ਕਰੋ 0180-4046-75000 9888-477-877 9988-3-50-101